पिंड तार वाले बैठे हैंगे ते तार वाले बई गागा ना गा की नाम बई थोड़ा हरमन ते कल ਤੁਸੀਂ ਵੀ ਰਾਸ਼ਨ ਦੇ ਕੇ ਆਏ ਕਿਹੜੇ ਕਿਹੜੇ ਪਿੰਡ ਰਾਸ਼ਨ ਦੇ ਕੇ ਆਏ ਅਸੀਂ ਬਈ ਕੁਲਰੀਆਂ ਤੋਂ ਚੱਲੇ ਸੀਗੇ ਮਾੜੇ ਮੈਕ ਲਵਾਈ ਕਰ ਲਓ ਅਸੀਂ ਕੁਲਰੀਆਂ ਤੋਂ ਚੱਲੇ ਸੀਗੇ ਹਾਂ ਹਾਂ ਕੁਲਰੀਆਂ ਦੇ ਨਾਲ ਦੇ ਪਿੰਡ ਚਾਂਦਪੁਰਾ ਹੋ ਗਿਆ ਆਪਣੇ ਉਧਰਲੀ ਸਾਈਡ ਸਿਧਾਣੀ ਵਾਲੀ ਸਾਈਡ ਜੱਖਲ ਵਾਲੀ ਸਾਈਡ ਗਏ ਸੀ ਉਧਰ ਕੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ ਵੀ ਇੱਥੇ ਟੱਪਣਾ ਵੀ ਬਹੁਤ ਮੁਸ਼ਕਲ ਹੈ ਅਸੀਂ ਟੱਪੇ ਸਾਡੇ ਗਲ ਗਲ ਤੱਕ ਪਾਣੀ ਸੀ ਅੱਛਾ ਮੂਰੇ ਦੋ ਚਾਰ ਬੰਦੇ ਟਰੈਕਟਰ ਤੇ ਜਾਂਦੇ ਸੀ ਸਮ ਪਿੱਛੇ ਟਰੈਕਟਰ ਸੀਗਾ ਵੀ ਸੜਕ ਤਾਂ ਸੰਦਾ ਵੀ ਡਰ ਸੀ ਨਾ ਤਾਂ ਕਰਕੇ ਡੰਡੇ ਲੈ ਕੇ ਚਾਰ ਜਾਣੇ ਮੂਰੇ ਮੂਰੇ ਜਾ ਰਹੇ ਸੀ ਉਹਨਾਂ ਦੇ ਵੀ ਪਾਣੀ ਗਲ ਤੱਕ ਆ ਰਿਹਾ ਸੀਗਾ ਚਲ ਤੇ ਜਿਹੜਾ ਰਾਸ਼ਨ ਪਿੰਡ ਚੋਂ ਇਕੱਠਾ ਕਰਾਇਆ ਕਾਲ ਦਲ ਕੋਈ ਸੰਸਥਾ ਨਹੀਂ ਵੀਰੇ ਬਲਾਡੇ ਦੀ ਸੰਸਥਾ ਹੀ ਆਪਣੀ ਆਪਣੀ ਮਾਤਾ ਗੁਜਰੀ ਵਾਲੀ ਸੰਸਥਾ ਉਹ ਉਹਨਾਂ ਵੱਲੋਂ ਕਹਿ ਕੇ ਜਾਣੇ ਗਏ ਸੀਗੇ ਉਹ ਬਈ 37 ਜਾਣੇ ਸੀ ਸਾਰੇ ਅਸੀਂ ਤੇ ਜਿਹੜੀ ਮੰਨ ਕੇ ਚਲਾ ਤੁਸੀਂ ਉੱਥੇ ਭੁਗਤਾਨ ਕਰਕੇ ਉਹ ਰਾਸ਼ਨ ਦੀ ਉਸੇ ਟਾਈਮ ਡਿਮਾਂਡ ਮਤਲਬ ਹੈਗੀ ਸੀ ਉਹਨਾਂ ਨੂੰ ਲੋੜ ਹੈਗੀ ਸੀਗੀ ਵੀਰੇ ਉੱਥੇ ਨਾ ਰਾਸ਼ਨ ਪਹਿਲੇ ਪਹੁੰਚਾ ਚੁੱਕੇ ਸੀ ਹਰੇਕ ਸੰਸਥਾ ਵਾਲੇ ਪਹਿਲਾਂ ਹੀ ਆਪਣੇ ਦੂਰੋਂ ਦੂਰੋਂ ਜਿਵੇਂ ਕਿ ਮਾਨਸਾ ਇਧਰੋਂ ਹੁਸ਼ਿਆਰਪੁਰ ਤੋਂ ਵੀ ਆਏ ਸੀਗੇ ਬਾਈ ਸੰਸਥਾ ਵਾਲੇ ਸਾਰੇ ਆਪਣੇ ਉਹਨਾਂ ਨੇ ਪਹਿਲਾਂ ਪਹੁੰਚਾਤਾ ਸੀਗਾ ਅੱਛਾ ਵੀ ਜਿਹੜੇ ਹੁਣ ਆਪਣੇ ਭਰਾ ਬਾਕੀ ਜਿਨ੍ਹਾਂ ਲੋੜਵੰਦ ਸੀ ਅਸੀਂ ਉਹਨਾਂ ਨੂੰ ਦਿੱਤਾ ਵੀ ਹੈਗਾ ਜਾ ਕੇ ਪਾਣੀ ਵਿੱਚ ਦੀ ਸਾਰੇ ਆਪਣੇ ਭਰਾਵਾਂ ਨੇ ਪਾਣੀ ਵਿੱਚ ਦੀ ਜਾ ਕੇ ਉੱਥੇ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਜਿਹੜੇ ਹੈਗੇ ਸੀ ਬਾਕੀ ਸਾਰੇ ਇਮਾਨਦਾਰ ਵੀ ਹੁੰਦੇ ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਲੋੜ ਨਹੀਂ ਹੈਗੀ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਵਿੱਚ ਸਟਾਕ ਕਰੀ ਜਾਂਦੇ ਨਾ ਰਾਸ਼ਨ ਜਿਹਨੂੰ ਮੰਨ ਕੇ ਚੱਲੋ ਮੈਨੂੰ ਇੱਕ ਬੋਤਲ ਦੀ ਲੋੜ ਹੈ ਹੁਣ 10 ਬੋਤਲਾਂ ਮੈਂ ਰੱਖ ਕੇ ਕਰਨ ਵਿੱਚ ਇਸ ਤਰ੍ਹਾਂ ਦੇ ਲੋਕ ਹੈਗੇ ਦੋਸਤੋ ਵੀ ਤੁਸੀਂ ਲੋੜਵੰਦ ਮੈਂ ਤਾਂ ਕਹਿੰਦਾ ਵੀ ਹਲੇ ਲੋੜ ਨਹੀਂ ਹੈ ਨਾ ਜਿਹੜੇ ਪਿੰਡਾਂ 'ਚ ਮੰਨ ਲਾ ਜਿਵੇਂ ਹੁਣ ਚਾਂਦਪੁਰੇ ਬੰਨ ਟੁੱਟਿਆ ਗਿਆ ਉਹ 6-7 ਦਿਨ ਹੋ ਗਏ ਟੁੱਟੇ ਨੂੰ ਹਨਾ ਤੇ ਉੱਥੇ ਲੋੜ ਆ ਵੀ ਉਹ ਲੋਕ ਫਸੇ ਬੈਠੇ ਨੇ ਉਹਨਾਂ ਨੂੰ ਉਹ ਰਾਸ਼ਨ ਦੀ ਲੋੜ ਆ ਹਨਾ ਹੋ ਸਕਦਾ ਉਹਨਾਂ ਲਵੇ ਪਹੁੰਚ ਗਿਆ ਉਹ ਹਾਂਜੀ ਬਾਈ ਪਹੁੰਚ ਗਿਆ ਸਟਾਕ ਸਾਰਾ ਹੋ ਗਿਆ ਬਾਕੀ ਆਪਾਂ ਨੂੰ ਤੁਹਾਡੇ ਪਿੰਡ ਜਿਵੇਂ ਤੁਹਾਡੇ ਪਿੰਡ ਚੋਂ ਬੰਨ ਲੱਗ ਰਹੇ ਨੇ ਹਾਂਜੀ ਹਾਂਜੀ ਦੇਖ ਰਹੇ ਹਨਾ ਆ ਤੁਸੀਂ ਬੰਨ ਦੇਖ ਰਹੇ ਜਿਹੜੇ ਲੱਗ ਰਹੇ ਨੇਗੇ ਤੁਹਾਡੇ ਵੀ ਜਿਹੜੇ ਹੁਣ ਆਉਣਗੇ ਰਾਸ਼ਨ ਲੈ ਕੇ ਤੁਹਾਡੇ ਕਿਵੇਂ ਵੀ ਰਾਸ਼ਨ ਪਹੁੰਚਾਉਣ ਜਾਂ ਕਿਵੇਂ ਕੀ ਸਲਾਹ ਬੜੀ ਵੀਰੇ ਹਲੇ ਤਾਂ ਹਾਲਤ ਠੀਕ ਹੈ ਕਿਉਂਕਿ ਸਾਰਿਆਂ ਨੇ ਆਪਣਾ ਰਾਸ਼ਨ ਲੈ ਲਿਆ ਲਗਭਗ ਸਾਡੀ ਸੁੱਕਾ ਹਲੇ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੈ ਹਨਾ ਉਹਨਾਂ ਨੇ ਆਪਣਾ ਸਟੋਰ ਕਰ ਰੱਖਿਆ ਹਲੇ ਬਾਕੀ ਉਹ ਮੌਕੇ ਤੇ ਜਿਹੜੀ ਅਪਡੇਟ ਹੋ ਗਈ ਉਹ ਤੁਹਾਨੂੰ ਤੁਹਾਨੂੰ ਸਰਕਾਰ ਨੇ ਅਲਰਟ ਕੀਤਾ ਕੋਈ ਸਮਾਨ ਚੱਕਣ ਵਾਸਤੇ ਵੀਰੇ ਹਲੇ ਤਾਂ ਕਿਸੇ ਸਰਕਾਰ ਨੇ ਕੋਈ ਅਲਰਟ ਨਹੀਂ ਕੀਤਾ ਬਾਕੀ ਪਤਾ ਹੀ ਲੱਗ ਹੀ ਰਿਹਾ ਹੈਗਾ ਪਿੰਡ ਦੇ ਲੋਕ ਵੀ ਜਾ ਰਹੇ ਨੇ ਬੰਨ ਕੇ ਆਪਣੇ ਪਾਣੀ ਚ ਜਾ ਰਹੇ ਆ ਅਸੀਂ ਉਹ ਪਿੱਛੇ ਵੀ ਦੇਖ ਕੇ ਆਲੇ ਦੁਆਲੇ ਸਾਰੇ ਪਿੰਡ ਦੇ ਆਲੇ ਦੁਆਲੇ ਆਪਣੇ ਦੋ ਤਿੰਨ ਟਰਾਲੀਆਂ ਪਿੰਡ ਚੋਂ ਰੋਜ਼ ਜਾਂਦੀਆਂ ਬੰਨ ਤੇ ਉੱਥੇ ਸੇਵਾ ਕਰਦੇ ਆ ਮਿੱਟੀ ਗੱਟੇ ਭਰਦੇ ਆ ਸਾਰਾ ਕੁਝ ਕਰਦੇ ਆ ਉੱਥੇ ਬਹੁਤ ਆਪਣੇ ਸੇਵਾਦਾਰ ਰੋਜ਼ ਲਗਭਗ ਉੱਥੇ ਰਾਤ ਨੂੰ ਵੀ ਹੁੰਦੇ ਆ ਸਾਰੇ ਜਾਂਦੇ ਆ ਵੀਰੇ ਠੀਕ ਹੈ ਗੱਲ ਤੇ ਰਾਸ਼ਨ ਹਲੇ ਮੰਨ ਕੇ ਚੱਲ ਇਹ ਹੁਣ ਜਿਹੜੇ ਰਾਸ਼ਨ ਲੈ ਕੇ ਆ ਰਹੇ ਨੇ ਭਰਾ ਉਹਨੇ ਤਾਂ ਅੱਜ ਤੋਂ 10 ਦਿਨਾਂ ਬਾਅਦ ਜਦੋਂ ਸੁੱਕ ਗਿਆ ਹਨਾ ਦਾਣਾ ਪਾਣੀ ਤਾਂ ਖਤਮ ਹੋ ਹੀ ਗਿਆ ਹਾਂਜੀ ਬਾਈ ਉਦੋਂ ਲੋੜ ਪਊਗੀ ਉਦੋਂ ਪਊਗੀ ਬਾਕੀ ਵੀਰੇ ਉਧਰ ਹਲੇ ਆਪਣੇ ਜਿਹੜੇ ਜਮੀ ਪਿੰਡ ਡੱਬੇ ਨੇ ਕੁਝ ਪਿੰਡ ਹੈਗੇ ਨੇ ਜਿੱਥੇ ਜਮੀ ਰਾਸ਼ਨ ਨਹੀਂ ਪਹੁੰਚਿਆ ਉਹਨਾਂ ਨਾਲ ਸੰਪਰਕ ਕਰਕੇ ਉੱਥੇ ਆਪਾਂ ਪਹੁੰਚਾ ਸਕਦੇ ਹਾਂ ਤੁਹਾਡੇ ਸੰਪਰਕ 'ਚ ਹੈਗੇ ਉਹ ਲੋਕ ਵੀਰੇ ਆਪਾਂ ਉਧਰ ਜਾਖਲ ਵਾਲੇ ਪਾਸੇ ਗਏ ਸੀਗੇ ਉਧਰਲੇ ਪਾਸੇ ਥੋੜੇ ਜਿਹੇ ਪਿੰਡ ਹੈਗੇ ਨੇ ਵੀ ਜਿੱਥੇ ਪਹੁੰਚਣਾ ਹੀ ਮੁਸ਼ਕਲ ਹੈ ਅੱਛਾ ਪਹੁੰਚਣਾ ਹੀ ਬਹੁਤ ਮੁਸ਼ਕਲ ਹੁਣ ਤੁਸੀਂ ਦੇਖ ਚਾਂਦਪੁਰੇ ਵਾਲੀ ਸਾਈਡ ਪਹੁੰਚਿਆ ਜਾ ਸਕਦਾ ਕਿਸੇ ਰੋਟੇ ਜੇ ਰਾਸ਼ਨ ਹੋਰ ਪਹੁੰਚਾਉਣਾ ਹੋਵੇ ਵੀਰੇ ਚਾਂਦਪੁਰੇ ਵਾਲੀ ਸਾਈਡ ਤਾਂ ਨਹੀਂ ਜਾ ਸਕਦੇ ਕਿਉਂਕਿ ਉੱਥੇ ਆਰਮੀ ਜਾ ਸਕਦੀ ਹੁਣ ਲਈ ਕਿਉਂਕਿ ਉਹ ਵੀ ਵੋਟਾਂ ਰਾਹੀਂ ਜਾ ਸਕਦੇ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਬਹੁਤ ਜ਼ਿਆਦਾ ਹੈ ਹਾਂਜੀ ਤੇ ਹੋਰ ਫਿਰ ਰਾਸ਼ਨ ਕਿਉਂ ਹੀ ਉਹਨਾਂ ਤੱਕ ਜਰੀਆ ਕਿਹੜਾ ਹੈਗਾ ਵੀ ਰਾਸ਼ਨ ਪਹੁੰਚਾਇਆ ਜਾ ਸਕਦਾ ਉਹ ਤਾਂ ਵੀਰੇ ਮਿਲਟਰੀ ਵਾਲੇ ਪਹੁੰਚਾਉਣਗੇ ਹੁਣ ਮਿਲਟਰੀ ਵਾਲੇ ਕੁਲਰੀਆਂ ਖੜੇ ਆ ਤੇ ਰਾਸ਼ਨ ਵੀਰ ਮੇਰੇ ਮੈਂ ਤਾਂ ਇਹੀ ਕਹੂੰਗਾ ਹਰੇ ਜੇ ਤੁਸੀਂ 10 ਦਿਨ ਠਹਿਰ ਕੇ 5 ਦਿਨ ਠਹਿਰ ਕੇ ਵੀ ਰਾਸ਼ਨ ਆਉਂਗੇ ਨਾ ਰਾਸ਼ਨ ਪਹਿਲਾਂ ਹੀ ਬਹੁਤ ਹੋ ਗਿਆ ਉੱਥੇ ਬਾਈ ਦੱਸ ਰਿਹਾ ਜਾ ਕੇ ਆਏ ਨੇ ਕੱਲ ਹੀ ਜਾ ਕੇ ਆਏ ਨੇ ਅੱਜ ਆਪਾਂ 17 ਤਰੀਕ ਦੀ ਤਕਰੀਬਨ 10 ਵਜੇ ਦੀ ਵੀਡੀਓ ਬਣਾ ਰਹੇ ਹਾਂ 10 ਵਜੇ ਨਾ ਪਾਣੀ ਲਗਾਤਾਰ ਆ ਰਿਹਾ ਇੱਧਰ ਨੂੰ ਆਪਣੇ ਪਿੰਡਾਂ ਕਨੀ ਤੇ ਵੀਰ ਬਣ ਕੇ ਨੋਟ ਰੱਖਿਓ ਜਿੱਥੇ ਤੁਸੀਂ ਰਾਸ਼ਨ ਲੈ ਕੇ ਜਾ ਰਹੇ ਹੋ ਉੱਥੇ ਜਾਣ ਤੋਂ ਪਹਿਲਾਂ ਪੁੱਛ ਲਓ ਵੀ ਹਾਂ ਰਾਸ਼ਨ ਹੈਗਾ ਜਾਂ ਨਾ ਹੈਗਾ ਤੁਹਾਡਾ ਕੋਈ ਨਾ ਕੋਈ ਕਨੈਕਟ ਚੋਰਾਂ ਪਰਾਂ ਦਾ ਮਿਲ ਜਾਂਦਾ ਉਹਨਾਂ ਨੂੰ ਲੋੜ ਹੈਗੀ ਹੈ ਫਾਲਤੂ ਰਾਸ਼ਨ ਉੱਥੇ ਪਹੁੰਚਾਉਣ ਦਾ ਕੋਈ ਫਾਇਦਾ ਨਹੀਂ ਵਿੱਚ ਪਿੰਡ ਸਾਨੂੰ ਇਹ ਜੇ ਵੀ ਮਿਲੇ ਆ ਜਿੱਥੇ ਵੈਸੀ ਉਹਨਾਂ ਨੇ ਵੇਚਣ ਤੱਕ ਕਰ ਰੱਖਿਆ ਇੱਥੋਂ ਲੈ ਕੇ ਰਾਸ਼ਨ ਸਾਰੇ ਕਿਉਂਕਿ ਆਪਣੇ ਵੀਰ ਬਹੁਤ ਵੀਰ ਗਏ ਸੀਗੇ ਰਾਸ਼ਨ ਲੈ ਕੇ ਟਰਾਲੀਆਂ ਬਹੁਤ ਗਈਆਂ ਆਪਣੇ ਸੇਵਾਦਾਰ ਨੇ ਵਿੱਚ ਉਹ ਪਿੰਡ ਹਰਿਆਣੇ ਦੇ ਕੁਝ ਪਿੰਡ ਜਲਾ ਲਓ ਜਾਂ ਪੰਜਾਬ ਦੇ ਕਿਵੇਂ ਵੀ ਲਾ ਲਓ ਉਹ ਸਟਾਕ ਆਪਦਾ ਪੂਰਾ ਕਰੀ ਜਾਂਦੇ ਆ ਉਹ ਵੇਚ ਰਹੇ ਜਿਵੇਂ ਯਾਰ ਮੰਨ ਲਓ ਤੁਹਾਨੂੰ ਅਲਰਟ ਕਰਤਾ ਯਾਰ ਵੀ ਭਾਈ ਉਹ ਉੱਠ ਖੜੇ ਪਿੰਡ ਤਾਰਾ ਉੱਠ ਖੜੇ ਜਾਂ ਆਪਦਾ ਰਿਸ਼ਤੇਦਾਰ ਜਿੱਥੇ ਮਰਜ਼ੀ ਜਾਓ ਹਨਾ ਤੁਸੀਂ ਆਪਦਾ ਰਾਸ਼ਨ ਕਿਹੜਾ ਸਟਾਕ ਕਰੋਗੇ ਜਿਹੜਾ ਬਦਲ ਲਵੇ ਹਾਂਜੀ ਹਾਂਜੀ ਉਹ ਕਰੇ ਹਰੇਕ ਤੁਸੀਂ ਆਪਦਾ ਕਣਕ ਜਿਵੇਂ ਤੁਸੀਂ ਬਾਹਰ ਚਲਾਈ ਬੈਠਾ ਆਪਦਾ ਪ੍ਰਬੰਧ ਕਰੀ ਬੈਠਾ ਹਨਾ ਜੇ ਉਹ ਤੁਹਾਡੇ ਲਵੇ ਐਕਸਟਰਾ ਕੋਈ ਰਾਸ਼ਨ ਆਉਂਦਾ ਤੁਸੀਂ ਸਟਾਕ ਹੀ ਕਰੋਗੇ ਹਾਂਜੀ 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 ਜਦੋਂ ਤੱਕ ਮੰਨ ਲਓ ਤੁਹਾਡਾ ਆਪਣਾ ਘਰ ਵਾਲਾ ਰਾਸ਼ਨ ਜਿਹੜਾ ਸਟਾਕ ਕੀਤਾ ਆਪਦਾ ਰੱਖਿਆ ਹੋਇਆ ਉਦੋਂ ਤੱਕ ਖਤਮ ਉਦੋਂ ਸ਼ਾਇਦ ਸੁਧਾਰ ਹੋ ਜੇ ਹਨਾ ਮਾਹੌਲ ਠੀਕ ਹੋ ਜੇ ਆਪਾਂ ਤਾਂ ਐਂ ਕਹਿੰਦੇ ਵੀ ਜਿਹਨੂੰ ਲੋੜ ਹੈ ਵੀਰੇ ਜਿਹਦੇ ਕੋਲ ਹੈ ਨਹੀਂ ਖਾਣ ਨੂੰ ਕੁਛ ਉਹਦੇ ਤੱਕ ਪਹੁੰਚਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਹਨਾ ਠੀਕ ਆ ਆਪਣਾ ਜਿਵੇਂ ਆ ਨਾਲ ਬੰਮਣ ਵਾਲਾ ਪਿੰਡ ਹੈ ਇਹ ਆਪਣਾ ਲਗਭਗ ਸਾਰਾ ਖਾਲੀ ਹੋ ਚੁੱਕਿਆ ਬੰਮਣ ਵਾਲਾ ਅਲਰਟ ਕਰਤਾ ਵੀ ਖਾਲੀ ਅਲਰਟ ਕਰਤਾ ਉਹ ਸਾਰਾ
ਤੇ ਉਦੋਂ ਰਾਸ਼ਨ ਬਹੁਤ ਜ਼ਿਆਦਾ ਹਰੇਕ ਰਾਸ਼ਨ ਹੈਗਾ, ਪਰ ਜਦੋਂ ਕਰੋਨਾ ਦੀ ਮਾਰ ਲਾਸਟ 'ਤੇ ਜਾ ਕੇ ਪਈ ਆ, ਉਦੋਂ ਰਾਸ਼ਨ ਜਿਹੜੇ ਗਰੀਬ ਲੋਕ ਸੀ, ਨਹੀਂ ਕੁਛ ਹੈਗਾ ਸੀ ਪ੍ਰਬੰਧ ਉਹਨਾਂ ਕੋਲ, ਉਹ ਰਾਸ਼ਨ ਤੋਂ ਬਿਲਕੁਲ ਭੁੱਖੇ ਮਰ ਗਏ। ਇਸ ਤਰ੍ਹਾਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਉਸੇ ਤਰ੍ਹਾਂ ਹਾਲਾਤ ਹੋ ਜਾਣ ਕਿਤੇ ਇਹ, ਹੈ ਨਾ। ਚਲੋ ਠੀਕ ਆ, ਵੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਭਰਾ ਮੇਰੇ।